ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਅਕਾਲ ਰੂਪ ਸਿੰਘ ਔਰ ਤੁਸੀਂ ਦੇਖ ਰਹੇ ਹੋ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ ਔਰ ਸ਼ੇਅਰ ਕਰਦੇ ਨੇ ਕਮੈਂਟ ਕਰਦੇ ਨੇ ਅਪਰੀਸ਼ੀਏਟ ਕਰਦੇ ਨੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਪ੍ਰਮਾਤਮਾ ਸਾਰਿਆਂ ਨੂੰ ਤਰਕੀਆਂ ਬਖਸ਼ਿਸ਼ ਕਰੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਖੁਸ਼ ਰਹਿਣ ਸੋ ਅੱਜ ਦੀ ਇਸ ਵੀਡੀਓ ਬਣਾਉਣ ਦਾ ਮੀਨ ਮੋਟਿਵ ਇਹ ਆ ਕਿ ਜੇਕਰ ਤੁਸੀਂ ਜਾਂ ਤੁਹਾਡੇ ਫੈਮਿਲੀ ਮੈਂਬਰਸ ਤੁਹਾਡੇ ਰਿਸ਼ਤੇਦਾਰ ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਪੀਆਰ ਲੜਕਿਆਂ ਦੇ ਪ੍ਰੋਫਾਈਲਸ ਸਰਚ ਕਰ ਰਹੇ ਹੋ ਤਾਂ ਇਹ ਵੀਡੀਓ ਸਿਰਫ ਤੁਹਾਡੇ ਵਾਸਤੇ ਹੈ ਕਿਉਂਕਿ ਸਾਡੇ ਕੋਲ ਜਿਹੜੇ ਨੇ 18 ਲੇਟੈਸਟ ਪ੍ਰੋਫਾਈਲਸ ਜਿਹੜੇ ਆ ਉਹ ਆਸਟ੍ਰੇਲੀਆ ਦੇ ਐਨਆਰਆਈਸ ਜਿਹੜੇ ਨੇ ਉਹਨਾਂ ਦੇ ਪਹੁੰਚੇ ਆ ਜਿਹੜੇ ਆਸਟ੍ਰੇਲੀਆ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸਿਟੀਜ਼ਨਸ ਨੇ ਸੋ ਉਹਨਾਂ ਦੀਆਂ ਜਿਹੜੀਆਂ ਕਾਸਟਸ ਨੇ ਉਹਨਾਂ ਦੀ ਡਿਟੇਲ ਹੈ ਕਿ ਉਹ ਜਿਹੜੇ ਆ ਮੋਸਟਲੀ ਜਿਹੜੇ ਨੇ ਜੱਟ ਸਿੱਖ ਕਾਸਟ ਉਹਨਾਂ ਦੇ ਵਿੱਚ ਆ ਲੁਬਾਨਾ ਕਾਸਟ ਐਂਡ ਮਜਬੀ ਸਿੱਖ ਰਾਜਪੂਤ ਔਰ ਰਾਮਗੜੀਆ ਕਾਸਟ ਦੇ ਲੜਕੇ ਨੇ ਜਿਨਨੇ ਵੀ ਪ੍ਰੋਫਾਈਲਸ ਨੇ ਸਾਰੇ ਲੜਕਿਆਂ ਦੇ ਪ੍ਰੋਫਾਈਲਸ ਨੇ ਬੁਆイズ ਨੇ ਸਾਰੇ ਔਰ ਜਿਨਾਂ ਦੀ ਜਿਹੜੀ ਏਜ ਆ ਉਹ 24 ਸਾਲ ਤੋਂ ਲੈ ਕੇ ਤੇ 29 ਸਾਲ ਦੇ ਵਿੱਚ ਹੈ 24 ਟੂ 29 ইয়ার্স ਸੋ ਜੇਕਰ ਇਹ ਪ੍ਰੋਫਾਈਲਸ ਤੁਹਾਡੇ ਕਿਸੇ ਰਿਸ਼ਤੇਦਾਰ ਭੈਣ ਭਰਾ ਦੇ ਨਾਲ ਮੈਚ ਹੋ ਰਹੇ ਆ ਤੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਮੈਨਾਂ ਸਾਨੂੰ ਕਾਲ ਕਰ ਸਕਦੇ ਹੋ ਸੈਕੰਡਲੀ ਕੀ ਹੈ ਕਿ ਇਹ ਜਿਹੜੇ ਪ੍ਰੋਫਾਈਲਸ ਨੇ ਜਿੰਨੇ ਵੀ ਆ ਸਾਡੇ ਕੋਲ ਜੋ ਆਸਟ੍ਰੇਲੀਆ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਰਹਿ ਰਹੇ ਆ ਉਹਨਾਂ ਦਾ ਜਿਹੜਾ ਮੇਨ ਪ੍ਰੋਫੈਸ਼ਨ ਹੈ ਇੱਕ ਟਰੱਕਿੰਗ ਹੈ ਔਰ ਦੂਸਰਾ ਹੈ ਮੈਡੀਕਲ ਲਾਈਨ ਦੇ ਵਿੱਚ ਔਰ ਜਿਹੜੀਆਂ ਸਾਰਿਆਂ ਦੀ ਰਿਕੁਆਇਰਮੈਂਟਸ ਆ ਉਹ ਇਹੀ ਹੈ ਕਿ ਉਹਨਾਂ ਨੂੰ ਜਿਹੜੀਆਂ ਲੜਕੀਆਂ ਚਾਹੀਦੀਆਂ ਨੇ ਇੱਕ ਤੇ ਉਹਨਾਂ ਨੇ ਆਪਣੀ ਕਾਸਟ ਦੇ ਵਿੱਚ ਹੀ ਕਰਨਾ ਹੈ ਇੰਟਰ ਕਾਸਟ ਨਹੀਂ ਕਰਨਾ ਲਾਈਕ ਜੀ ਜਿਹੜਾ ਜੱਟ ਸਿੱਖ ਹੈ ਉਹ ਜੱਟ ਸਿੱਖ ਕਾਸਟ ਵਿੱਚ ਹੀ ਮੈਰਿਜ ਕਰੇਗਾ ਜਿਹੜਾ ਮਜਬੀ ਸਿੱਖ ਹੈ ਮਜਬੀ ਸਿੱਖਾਂ ਵਿੱਚ ਹੀ ਕਰੇਗਾ ਇਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਆਪਣੀ ਕਾਸਟ ਵਿੱਚ ਹੀ ਮੈਰਿਜ ਕਰਨਦੇ ਹੋ ਇਚੂ ਕਿ ਹੈਗੇ ਆ ਤੇ ਸੈਕੰਡਲੀ ਕੀ ਹੈ ਕਿ ਜਿਹੜੇ ਜਿੰਨੇ ਵੀ ਪ੍ਰੋਫਾਈਲਸ ਆਏ ਨੇ ਉਹ ਮੈਡੀਕਲ ਲਾਈਨ ਦੇ ਨਾਲ ਰਿਲੇਟਡ ਆ ਉਹਨਾਂ ਨੂੰ ਜ਼ਰੂਰਤ ਹੈ ਜਿਹੜੀਆਂ ਲੜਕੀਆਂ ਨੇ ਬੀਐਸਸੀ ਨਰਸਿੰਗ ਜਾਂ ਜੀਐਨਐਮ ਜਾਂ ਕੋਈ ਹੋਰ ਜਿਹੜਾ ਮੈਡੀਕਲ ਲਾਈਨ ਦੇ ਨਾਲ ਰਿਲੇਟਡ ਕੋਈ ਕੋਰਸ ਕੀਤਾ ਹੋਇਆ ਹੈ ਕਿਉਂਕਿ ਆਪਾਂ ਸਾਰਿਆਂ ਨੂੰ ਇਹ ਗੱਲ ਦਾ ਚੰਗੀ ਤਰ੍ਹਾਂ ਪਤਾ ਕਿ ਫੋਰਨ ਦੇ ਵਿੱਚ ਜਿਹੜਾ ਹੈ ਕੁਝ ਜਿਸ ਤਰ੍ਹਾਂ ਮੈਡੀਕਲ ਲਾਈਨ ਦੀ ਡਿਮਾਂਡ ਹੈ ਜ਼ਿਆਦਾ ਜਾਂ ਹੋਟਲ ਮੈਨੇਜਮੈਂਟ ਦੀ ਹੈ ਜਾਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਹੈ ਸੋ ਇਸ ਤਰੀਕੇ ਦੇ ਨਾਲ ਜਿਹੜੇ ਹਨ ਜ਼ਿਆਦਾ ਪ੍ਰੋਫੈਸ਼ਨਲਸ ਜਿਹੜੇ ਕੋਰਸੇ ਆ ਉਹਨਾਂ ਦੀ ਵੈਲਿਊ ਜ਼ਿਆਦਾ ਹੈ ਸੋ ਜਿਹੜੇ ਅੱਜ ਦੇ ਪ੍ਰੋਫਾਈਲਸ ਸਾਡੇ ਕੋਲ ਪਹੁੰਚੇ ਆ ਉਹਨਾਂ ਦੇ ਵਿੱਚ ਆਸਟ੍ਰੇਲੀਅਨ ਜਿਹੜੇ ਸਿਟੀਜ਼ਨਸ ਨੇ ਪੰਜਾਬ ਤੋਂ ਗਏ ਹੋਏ ਆ ਤੇ ਉਹਨਾਂ ਨੂੰ ਜਿਹੜੇ ਨੇ ਮੈਡੀਕਲ ਲਾਈਨ ਦੇ ਵਿੱਚ ਬੀ ਅਸੀ ਨਰਸਿੰਗ ਜਾਂ ਜਿਹੜੇ ਮੈਡੀਕਲ ਲਾਈਨ ਦੀਆਂ ਦੂਸਰੀਆਂ ਸੇਵਾਵਾਂ ਪ੍ਰੋਵਾਈਡ ਕਰਾਂਦੇ ਆ ਉਹਨਾਂ ਦੇ ਵਿੱਚ ਹੀ ਜਿਨ੍ਹਾਂ ਨੇ ਆਪਣੇ ਕੋਰਸਿਸ ਕੀਤੇ ਹੋਏ ਆ ਜਾਂ ਡਿਗਰੀਜ਼ ਕੀਤੀਆਂ ਹੋਈਆਂ ਵਾ ਉਹਨਾਂ ਦੀ ਜ਼ਰੂਰਤ ਹੈ ਸੋ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕਸ